ਅਸਲਾਮ ਵਾਲੇਕੁਮ ਗਾਈਸ, ਅੱਜ ਵਾਲੀ ਵੀਡੀਓ ਅਸੀਂ ਲੈ ਕੇ ਆਏ ਐਕਨੀ ਟ੍ਰੀਟਮੈਂਟ 'ਤੇ। ਤੁਸੀਂ ਆਪਣੇ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਹੋ ਜਲਕ ਐਕਨੀ ਆਊਟ ਕਰੀਮ ਦੇ ਇਸਤੇਮਾਲ ਨਾਲ। ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗੀ ਜਲਕ ਐਕਨੀ ਆਊਟ ਐਕਨੀ ਕਰੀਮ, ਬੜੀ ਹੀ ਆਊਟ ਕਲਾਸ ਕਰੀਮ ਆ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਦਾਗ ਧੱਬੇ ਸ਼ਾਈਆਂ ਨੂੰ ਰਿਮੂਵ ਕਰਨ ਵਾਸਤੇ। 6-in-1 ਨਾਲ ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ। ਤੁਹਾਡੇ ਫੇਸ 'ਤੇ ਏਜਿੰਗ ਰਿੰਕਲ ਆ, ਤੁਹਾਡੇ ਫੇਸ 'ਤੇ ਐਕਨੀ ਪਿੰਪਲ ਆ, ਦਾਗ ਧੱਬੇ ਛਾਈਆਂ, ਵਾਈਟ ਹੈਡ, ਬਲੈਕ ਹੈਡ ਆ, ਜਲੇ ਕੱਟੇ ਦਾ ਨਿਸ਼ਾਨ ਆ, ਉਹਨੂੰ ਰਿਮੂਵ ਕਰਨ ਵਾਸਤੇ ਬੜੀ ਹੀ ਆਊਟ ਕਲਾਸ ਕਰੀਮ ਆ। ਇਸ ਕਰੀਮ ਦਾ ਵੀਡੀਓ 'ਚ ਅੱਗੇ ਤੁਹਾਨੂੰ ਮੁਕੰਮਲ ਡਿਟੇਲ ਨਾਲ ਰਿਵਿਊ ਦੇਵਾਂਗੇ, ਤਰੀਕਾ ਇਸਤੇਮਾਲ ਦੱਸਾਂਗੇ, ਕਿਸ ਤਰ੍ਹਾਂ ਤੁਸੀਂ ਜਲਕ ਐਕਨੀ ਆਊਟ ਐਕਨੀ ਕਰੀਮ ਨੂੰ ਯੂਜ਼ ਕਰਕੇ ਆਪਣੇ ਫੇਸ ਨੂੰ ਨੀਟ ਐਂਡ ਕਲੀਨ ਕਰ ਸਕਦੇ ਹੋ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ। ਫੇਸ 'ਤੇ ਮੌਜੂਦ ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਛਾਈਆਂ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ ਬੜੀ ਹੀ ਆਊਟ ਕਲਾਸ ਚੀਜ਼ ਆ। ਅਗਰ ਤੁਹਾਡੇ ਫੇਸ 'ਤੇ ਓਪਨ ਪੋਰਸ ਆ, ਏਜਿੰਗ ਰਿੰਕਲ ਆ, ਜਾਂ ਕਿਸੇ ਕੱਟ ਦੇ ਨਿਸ਼ਾਨ ਆ, ਜਲਿਆ ਹੋਇਆ ਦਾ ਨਿਸ਼ਾਨ ਆ, ਤਮਾਮ ਮਸਾਇਲ ਨੂੰ ਹੱਲ ਕਰਨ ਵਾਸਤੇ, ਫੇਸ 'ਤੇ ਮੌਜੂਦ ਐਕਨੀ ਆਊਟ ਕਰਨ ਵਾਸਤੇ, ਫੇਸ 'ਤੇ ਮੌਜੂਦ ਏਜਿੰਗ ਰਿੰਕਲ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਪੁਰਾਣੇ ਦਾਗ ਧੱਬੇ ਛਾਈਆਂ ਨੂੰ ਰਿਮੂਵ ਕਰਨ ਵਾਸਤੇ ਬੜਾ ਹੀ ਆਊਟ ਕਲਾਸ ਫਾਰਮੂਲਾ ਲੈ ਕੇ ਆਏ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ। ਵੀਡੀਓ 'ਚ ਅੱਗੇ ਤੁਹਾਨੂੰ ਉਹਦਾ ਤਰੀਕਾ ਇਸਤੇਮਾਲ ਦੱਸਾਂਗੇ, ਅਨਬੋਕਸ ਕਰਕੇ ਓਪਨ ਕਰਕੇ ਚੈੱਕ ਕਰਵਾਵਾਂਗੇ, ਇਹਦਾ ਮੁਕੰਮਲ ਡਿਟੇਲ ਨਾਲ ਰਿਵਿਊ ਦੇਵਾਂਗੇ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਸਿਸਟਰ ਭਾਈ ਮੇਰੇ ਚੈਨਲ 'ਤੇ ਨਵਾਂ ਚੈਨਲ ਸਬਸਕ੍ਰਾਈਬ ਕਰ ਦਿਉ, ਬੈੱਲ ਆਈਕਨ ਦੇ ਨਿਸ਼ਾਨ ਨੂੰ ਪ੍ਰੈਸ ਕਰ ਦਿਉ, ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣ। ਗਾਈਜ਼, ਅੱਜ ਵਾਲੀ ਵੀਡੀਓ ਸਾਡੀ ਹੈ ਐਕਨੀ ਆਊਟ ਐਕਨੀ ਕਰੀਮ 'ਤੇ। ਬੜੀ ਹੀ ਆਊਟ ਕਲਾਸ ਕਰੀਮ ਆ, ਉਹਨਾਂ ਸਿਸਟਰਾਂ ਭਾਈਆਂ ਵਾਸਤੇ ਬੜੀ ਹੀ ਆਊਟ ਕਲਾਸ ਚੀਜ਼ ਆ, ਜਿਹੜੇ ਐਕਨੀ ਪਿੰਪਲ ਦੀ ਵਜ੍ਹਾ ਤੋਂ ਪਰੇਸ਼ਾਨ ਆ, ਜਿਨ੍ਹਾਂ ਦੇ ਫੇਸ 'ਤੇ ਐਕਨੀ ਪਿੰਪਲ ਦੀ ਵਜ੍ਹਾ ਤੋਂ ਦਾਗ ਧੱਬੇ ਛਾਈਆਂ ਬਣ ਚੁੱਕੀਆਂ, ਉਹਨਾਂ ਵਾਸਤੇ ਬੜੀ ਹੀ ਆਊਟ ਕਲਾਸ ਕਰੀਮ ਆ। ਫਾਸਟ ਕਰੀਮ ਆ, ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਤੁਸੀਂ ਇਸ ਕਰੀਮ ਨੂੰ ਯੂਜ਼ ਕਰਨਾ ਸ਼ੁਰੂ ਕਰੋਗੇ, ਪਹਿਲੇ ਦਿਨ ਤੋਂ ਹੀ ਐਕਨੀ ਦਾ ਸਫਾਇਆ ਸ਼ੁਰੂ ਕਰ ਦੇਗੀ। ਪ੍ਰੋਪਰ 5 ਦਿਨ ਤੁਸੀਂ ਇਸ ਕਰੀਮ ਨੂੰ ਲਗਾਤਾਰ ਇਸਤੇਮਾਲ ਕਰ ਲਓ, ਇਨਸ਼ਾਅੱਲਾ 5 ਦਿਨਾਂ ਵਿੱਚ ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਛਾਈਆਂ ਦਾ ਜੜ੍ਹ ਤੋਂ ਖਾਤਮਾ ਹੋ ਜਾਏਗਾ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ। ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗੀ, ਇਹਦੇ ਉੱਪਰ ਉਹਨਾਂ ਨੇ ਤਰੀਕਾ ਇਸਤੇਮਾਲ ਮੁਕੰਮਲ ਤੌਰ 'ਤੇ ਮੈਨਸ਼ਨ ਕੀਤਾ ਹੋਇਆ, ਅਤੇ ਇਹਦੇ ਉੱਪਰ 6-in-1 ਆ। ਇਹਨੂੰ ਤੁਸੀਂ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਦਾਗ ਧੱਬੇ ਰਿਮੂਵ ਕਰਨ ਵਾਸਤੇ, ਏਜਿੰਗ ਰਿੰਕਲ ਰਿਮੂਵ ਕਰਨ ਵਾਸਤੇ, ਵਾਈਟ ਹੈਡ, ਬਲੈਕ ਹੈਡ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਜਲੇ ਕੱਟੇ ਦੇ ਨਿਸ਼ਾਨ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਏਜਿੰਗ ਰਿੰਕਲ ਨੂੰ ਰਿਮੂਵ ਕਰਨ ਵਾਸਤੇ ਇਸ ਤੁਸੀਂ ਐਕਨੀ ਆਊਟ ਕਰੀਮ ਨੂੰ ਯੂਜ਼ ਕਰ ਸਕਦੇ ਹੋ। ਓਪਨ ਕਰਕੇ ਤੁਹਾਨੂੰ ਚੈੱਕ ਕਰਵਾ ਦਿੰਦੇ, ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗੀ ਬੜੀ ਹੀ ਆਊਟ ਕਲਾਸ ਕਰੀਮ ਆ, ਝਲਕ ਕੰਪਨੀ ਦੀ ਐਕਨੀ ਆਊਟ ਕਰੀਮ ਆ। 25 ਗ੍ਰਾਮ ਦੀ ਟਿਊਬ ਆ, ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗੀ। ਇਸ ਨੂੰ ਤੁਸੀਂ ਨਾਈਟ ਟਾਈਮ ਯੂਜ਼ ਕਰ ਸਕਦੇ ਹੋ, ਡੇ ਟਾਈਮ ਵੀ ਯੂਜ਼ ਕਰ ਸਕਦੇ ਹੋ। ਇਸ ਕਰੀਮ ਨੂੰ ਤੁਸੀਂ ਕਿਸੇ ਵੀ ਮੈਡੀਕੇਟਿਡ ਫਾਰਮੂਲੇ ਵਿੱਚ ਜਾਂ ਵਾਈਟਨਿੰਗ ਦੇ ਫਾਰਮੂਲੇ ਵਿੱਚ ਮਿਕਸ ਕਰਕੇ ਵੀ ਯੂਜ਼ ਕਰ ਸਕਦੇ ਹੋ। ਇਸ ਕਰੀਮ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰਨਾ, ਇਸ ਕਰੀਮ ਨੂੰ ਤੁਸੀਂ ਨਾਈਟ ਟਾਈਮ ਯੂਜ਼ ਕਰੋ ਤਾਂ ਬਹੁਤ ਹੈਵੀ ਕਿਸਮ ਦਾ ਰਿਜ਼ਲਟ ਆਏਗਾ। ਇਸ ਕਰੀਮ ਨੂੰ ਤੁਸੀਂ ਯੂਜ਼ ਕਰਨ ਤੋਂ ਪਹਿਲੇ ਸਮਰਕੰਦ, ਨੀਮ ਸੋਪ ਜਾਂ ਕੋਈ ਵੀ ਆਇਲ ਫਰੀ ਸੋਪ ਤੁਸੀਂ ਜਾਂ ਕੋਈ ਵੀ ਆਇਲ ਫਰੀ ਫੇਸ ਵਾਸ਼ ਬਾਏ ਕਰ ਲੈਣਾ, ਲੇਕਿਨ ਇਹ ਸਮਰਕੰਦ ਨੀਮ ਸੋਪ ਬੈਸਟ ਸੋਪ ਆ ਇਸ ਜਲਕ ਐਕਨੀ ਆਊਟ ਕਰੀਮ ਦੇ ਨਾਲ। ਤੁਸੀਂ ਇਸ ਸੋਪ ਨਾਲ ਆਪਣੇ ਫੇਸ ਨੂੰ ਅੱਛੀ ਤਰ੍ਹਾਂ ਵਾਸ਼ ਕਰਨਾ, ਵਾਸ਼ ਕਰਨ ਤੋਂ ਬਾਅਦ ਖੁਸ਼ ਕਰ ਲੈਣਾ, ਖੁਸ਼ ਕਰਕੇ ਤੁਸੀਂ ਨਾਈਟ ਟਾਈਮ ਸੌਣ ਲੱਗਿਆਂ ਆਪਣੇ ਫੇਸ 'ਤੇ ਜਲਕ ਐਕਨੀ ਆਊਟ ਕਰੀਮ ਦੀ ਇਤਨੀ ਕੁ ਮਕਦਾਰ ਲਗਾਉਣੀ ਆ ਕਿ ਤੁਹਾਡੇ ਜਿਤਨੇ ਵੀ ਫੇਸ 'ਤੇ ਐਕਨੀ ਪਿੰਪਲ, ਦਾਗ ਧੱਬੇ ਛਾਈਆਂ, ਏਜਿੰਗ ਰਿੰਕਲ ਅੱਛੀ ਤਰ੍ਹਾਂ ਕਵਰ ਕਰ ਲੈਣਾ। ਤੁਸੀਂ ਲਗਾ ਕੇ ਮਸਾਜ ਨਹੀਂ ਕਰਨੀ, 1-2 ਸੈਕਿੰਡ ਹਲਕਾ ਹਲਕਾ ਲਗਾ ਕੇ ਮਸਾਜ ਕਰਨਾ, ਜ਼ਿਆਦਾ ਮਸਾਜ ਨਹੀਂ ਕਰਨੀ। ਇਹ ਕਰੀਮ ਖੁਦ ਬਖੁਦ ਤੁਹਾਡੀ ਜਿਲਦ ਵਿੱਚ ਜਜ਼ਬ ਹੋ ਜਾਏਗੀ,
ਇਹ ਜਜ਼ਬ ਹੋ ਕੇ ਤੁਹਾਡੇ ਜਿਸਮ ਦੇ ਜਿਤਨੇ ਡੈਡ ਸੈੱਲ ਰਿਮੂਵ ਕਰ ਦੇਗੀ, ਓਪਨ ਪੋਰਸ ਨੂੰ ਕਲੋਜ਼ ਕਰ ਦੇਗੀ, ਵਾਈਟ ਹੈਡ ਬਲੈਕ ਹੈਡ ਦਾ ਮੁਕੰਮਲ ਤੌਰ 'ਤੇ ਖਾਤਮਾ ਕਰ ਦੇਗੀ, ਫੇਸ 'ਤੇ ਮੌਜੂਦ ਦਾਗ ਧੱਬੇ ਛਾਈਆਂ ਦਾ ਜੜ੍ਹ ਤੋਂ ਖਾਤਮਾ ਕਰ ਦੇਗੀ, ਤੁਹਾਡੇ ਫੇਸ ਨੂੰ ਨੀਟ ਐਂਡ ਕਲੀਨ ਕਰ ਦੇਗੀ, ਤੁਹਾਡੀ ਜਿਲਦ ਨੂੰ ਨਰਮੋ ਨਾਜ਼ਕ ਸਮੂਥ ਕਰ ਦੇਗੀ। ਬੜੀ ਆਊਟ ਕਲਾਸ ਕਰੀਮ ਆ, 6 in 1, ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ। ਸਮਰਕੰਦ ਸੋਪ ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ, ਇਸ ਸ਼ੇਪ ਵਿੱਚ। ਜ਼ਰੂਰੀ ਨਹੀਂ ਹੈ ਕਿ ਤੁਸੀਂ ਸਮਰਕੰਦ ਹੀ ਯੂਜ਼ ਕਰੋ, ਤੁਸੀਂ ਇਸ ਕਰੀਮ ਨਾਲ ਕੋਈ ਵੀ ਆਇਲ ਫਰੀ ਫੇਸ ਵਾਸ਼ ਜਾਂ ਸੋਪ ਨੂੰ ਯੂਜ਼ ਕਰ ਸਕਦੇ ਹੋ। ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮਫੀਦ ਆ। ਇਸ ਦੀ ਪ੍ਰਾਈਜ਼ ਹੈ 150 ਰੁਪਏ, ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 150 ਰੁਪਏ ਦੀ ਤੁਹਾਨੂੰ ਮਿਲ ਜਾਏਗੀ। ਬੜੀ ਲੋਅ ਪ੍ਰਾਈਜ਼ ਆ, ਬੜਾ ਹੈਵੀ ਰਿਜ਼ਲਟ ਆ, ਖਾਸ ਤੌਰ 'ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਮਹਿੰਗੇ ਮਹਿੰਗੇ ਮੈਡੀਕੇਟਿਡ ਫਾਰਮੂਲੇ ਯੂਜ਼ ਕਰਕੇ ਦੇਖ ਚੁੱਕੇ, ਐਕਨੀ ਪਿੰਪਲ ਰਿਮੂਵ ਨਹੀਂ ਹੋਏ। ਇਸ ਕਰੀਮ ਨਾਲ ਤੁਸੀਂ 5 ਦਿਨਾਂ 'ਚ ਆਪਣੇ ਐਕਨੀ ਪਿੰਪਲ ਨੂੰ ਰਿਮੂਵ ਕਰ ਸਕਦੇ ਹੋ। ਗਾਈਜ਼, ਮੈਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਅੱਛੀ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਮਿਲਦੇ ਹਾਂ ਇਸ ਤੋਂ ਨੈਕਸਟ ਵੀਡੀਓ ਵਿੱਚ। ਆਪਣਾ ਖਿਆਲ ਰੱਖੀਏਗਾ, ਅੱਲਾ ਹਾਫਿਜ਼।